ਸੰਗਤ ਨੇ ਜੋ ਫੈਸਲਾ ਪ੍ਰਵਾਨ ਕੀਤਾ ਦੀਪ ਸਿੱਧੂ ਉਹਦੇ ਤੇ ਖੜਾ ਜੀ ਆਪਦੇ ਕਿਰਦਾਰ ਦੇ ਨਾਲ ਇੱਕ ਇਹੋ ਜਿਹੀ ਐਗਜ਼ਾਮਪਲ ਸੈੱਟ ਕਰ ਦੇਣੀ ਆ ਉਦਾਹਰਨ ਸੈੱਟ ਕਰ ਦੇਣੀ ਆ ਵੀ ਲੋਕ ਸਾਡੀ ਗੱਲ ਕਰਿਆ ਕਰਨ ਤੇ ਸਾਡੀਆਂ ਐਗਜ਼ਾਮਪਲਸ ਦਿਆ ਕਰਨ ਵੀ ਉਹ ਬੰਦੇ ਸੀ ਯਾਰ ਸੰਗਤ 'ਚ ਗੁਰੂ ਵੱਸਦਾ ਤੇ ਸੰਗਤ 'ਚ ਰੋਸ ਆ ਔਰ ਜਾਇਜ਼ ਵੀ ਆ ਪਰ ਰੋਸ ਜਿਤਾਉਣਾ ਕਿਵੇਂ ਆ ਇਹ ਸਾਨੂੰ ਢੰਗ ਬਦਲਣਾ ਪਊਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਲਈ ਕੁਝ ਖਾਸ ਹੈ ਕਿਉਂਕਿ ਜਿੱਥੇ ਅੱਜ ਪਹਿਲਾਂ ਤੁਹਾਨੂੰ ਲੈ ਚੱਲਾਂਗੇ ਦਿੱਲੀ ਸੰਘਰਸ਼ ਦੇ ਵਿੱਚ ਦਿੱਲੀ ਦੇ ਬਾਰਡਰਾਂ 'ਤੇ ਜਿੱਥੋਂ ਦੀ ਇੱਕ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜਿੱਥੇ ਕਿ ਇੱਕ ਵਾਰ ਫਿਰ ਤੋਂ ਰੌਣਕਾਂ ਲੱਗੀਆਂ ਨੇ ਅਤੇ ਉੱਥੇ ਹੀ ਦੋਸਤੋ ਦੀਪ ਸਿੱਧੂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੀਪ ਸਿੱਧੂ ਇੱਕ ਵੱਡੀ ਮੁਸੀਬਤ ਦੇ ਵਿੱਚ ਘਿਰ ਗਏ ਨੇ ਮੁੰਬਈ ਜਾ ਕੇ ਜਿਸ ਬਾਰੇ ਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਕੇ ਦੱਸਿਆ ਹੈ ਕੀ ਹੈ ਪੂਰਾ ਸੱਚ ਦੀਪ ਸਿੱਧੂ ਦੀ ਕਿਹੜੀ ਉਹ ਪ੍ਰੋਬਲਮ ਹੈ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਹੀ ਇਸ ਲਈ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਦਿੱਲੀ ਸੰਘਰਸ਼ ਤੋਂ ਦਿੱਲੀ ਬਾਰਡਰਾਂ ਤੋਂ ਸਾਹਮਣੇ ਆਈ ਇੱਕ ਖਾਸ ਵੀਡੀਓ ਦੇ ਵੱਲ ਜਿਸ ਤੋਂ ਬਾਅਦ ਤੁਹਾਡੇ ਨਾਲ ਦੀਪ ਸਿੱਧੂ ਬਾਰੇ ਖਾਸ ਅਪਡੇਟ ਸਾਂਝਾ ਕਰਾਂਗੇ ਇਸ ਲਈ ਤੁਸੀਂ ਲਗਾਤਾਰ ਵੀਡੀਓ ਦੇ ਨਾਲ ਜੁੜੇ ਰਹਿਣਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਇਨਕਲਾਬ ਜ਼ਿੰਦਾਬਾਦ 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 ਸਰਦਾਰੋ ਰੰਗ ਭਾਗ ਲੱਗੇ ਰਹਿਣਾ ਬਲਾ 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 ਵੀ ਏਡਾ ਕੱਠ ਇੰਨਾ ਕੱਠ ਅਮਰਾਸੀਆ ਕੀ ਹੋਣ ਲੱਗਾ ਈ ਤੈਨੂੰ ਨੀ ਪਤਾ ਉਹ ਦੱਸੇਗਾ ਦਾ ਪਤਾ ਲੱਗ ਜੂ ਇੱਥੇ ਤਾਂ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਅੱਛਾ ਅੱਛਾ ਮੋਰਚਾ ਲੱਗਾ ਈ ਉਹ ਮੈਂ ਤੇ ਇੰਨਾ ਕੱਠ ਦੇ ਕੇ ਗੁਜ਼ਾਰੀ ਸਮਝਿਆ ਤੂੰ ਕੀ ਸਮਝਿਆ ਉਹ ਮੈਨੂੰ ਪਏ ਭੁਲੇਖੇ ਕਿਹੜੇ ਭੁਲੇਖੇ ਡਬਲ ਭੁਲੇਖੇ ਆਏ ਕਿਹੜੇ ਮੈਂ ਕਿਹਾ ਕਿਤੇ ਤੇਰੀ ਭੂਆ ਨੂੰ ਵੋਟਾਂ ਪੈਂਦੀਆਂ ਇੱਕ ਪਰਚੀ ਆਪਾਂ ਪਾ ਦਈਏ ਕੁੱਤੇ ਕੰਮ ਕਰਿਆ ਕਰਾਂਗੇ ਲਾਲ ਬੱਤੀ ਵਾਲੀ ਗੱਡੀ ਮਿਲੂ ਪਾਰਲੀਮੈਂਟ ਜਾਇਆ ਕਰਾਂਗੇ ਮੈਨੂੰ ਕਹਿੰਦੇ ਵੀ ਤੈਨੂੰ ਟਿਕਟ ਦੇਣੀ ਆ ਪਹਿਲਾਂ ਤੇਰਾ ਟੈਸਟ ਲਵਾਂਗੇ ਟੈਸਟ ਰੱਖ ਲਿਆ ਬਲੱਡ ਟੈਸਟ ਉਹ ਵੱਡਾ ਟੈਸਟ ਰੱਖਿਆ ਕਰੋਨਾ ਟੈਸਟ ਉਹ ਤੂੰ ਵੀ ਵੱਡਾ ਰੱਖਿਆ ਕਿਹੜਾ ਮੇਰਾ ਜਰਨਲ ਕਨੌਲਜ ਦਾ ਹਲਾ ਫੇਰ ਕਹਿੰਦੇ ਵੀ ਟੈਸਟ ਰੱਖਣਾ ਵੱਡੇ ਵੱਡੇ ਮੰਤਰੀ ਸੰਤਰੀ ਸਾਦ ਲਏ ਅੱਛਾ ਫੇਰ ਸਭਾ ਬੁਲਾ ਲਈ ਕੀ ਕਹਿੰਦੇ ਕਹਿੰਦੇ ਦੱਸੋ ਵੀ ਕਸ਼ਮੀਰ ਕਿਹਨੂੰ ਦਈਏ ਓਏ ਹਾ ਹਾ ਵੀ ਐਡਾ ਔਖਾ ਸਵਾਲ ਓਏ ਇੱਕ ਮੰਤਰੀ ਖੜਾ ਹੋ ਕੇ ਬੋਲਿਆ ਕੀ ਕਹਿੰਦਾ ਕਹਿੰਦਾ ਜੀ ਕਸ਼ਮੀਰ ਦੇ ਦਿਓ ਹਿੰਦੁਸਤਾਨ ਨੂੰ ਦੇ ਦਿਓ ਹਿੰਦੁਸਤਾਨ ਨੂੰ ਉਹ ਦੂਜਾ ਮੰਤਰੀ ਬੋਲਿਆ ਉਹ ਕੀ ਕਹਿੰਦਾ ਉਹ ਕਹਿੰਦਾ ਦੇ ਦਿਓ ਜੀ ਪਾਕਿਸਤਾਨ ਨੂੰ ਦੇ ਦਿਓ ਪਾਕਿਸਤਾਨ ਨੂੰ ਉਹ ਤੀਜਾ ਮੰਤਰੀ ਬੋਲਿਆ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਕਸ਼ਮੀਰ ਆਜ਼ਾਦ ਕਰ ਦੇ ਆਹਾ ਬਈ ਆਹ ਗੱਲ ਮੈਨੂੰ ਠੀਕ ਲੱਗੀ ਆ ਆ ਮੇਰੀ ਵਾਰੀ ਆ ਗਈ ਤੂੰ ਕੀ ਕਿਹਾ ਉਹ ਮੈਂ ਸਰਜਾ ਖੁਰਕ ਕੇ ਕਹਤਾ ਤੂੰ ਕੀ ਕਿਹਾ ਮੈਂ ਕਸ਼ਮੀਰ ਦੇ ਦਿਓ ਦੇ ਦਿਓ ਹਿੰਦੁਸਤਾਨ ਨੂੰ ਨਹੀਂ ਨਹੀਂ ਮੈਂ ਕਹਾ ਦੇ ਛੱਡੋ ਦੇ ਦਿਓ ਪਾਕਿਸਤਾਨ ਨੂੰ ਉਹ ਮੈਂ ਕਹਾ ਕਸ਼ਮੀਰ ਦਿਓ ਉਹ ਦਿਓਗੇ ਕਿਹਨੂੰ ਮੈਂ ਕਹਾ ਦਿਓ ਅਮਰੀਕਾ ਨੂੰ ਭਾਰਤੀਆ ਤੇ ਐਡੀ ਜੱਗੋ 13ਵੀਂ ਗੱਲ ਕਿਉਂ ਕੀਤੀ ਓਏ ਉਹਨਾਂ ਨੇ ਵੀ ਇਹੀ ਕਿਹਾ ਆਹੋ ਉਹ ਮੈਨੂੰ ਕਹਿੰਦੇ ਐਡੀ ਵੱਡੀ ਗੱਲ ਕਿਵੇਂ ਕਰਤੀ ਆਹੋ ਉਹ ਮੈਂ ਕਹਾ ਅਮਰੀਕਾ ਨੂੰ ਦਿਓ ਉਹ ਦਿਓਗੇ ਕਾਹਤੋਂ ਉਹ ਦੇਣਾ ਹੀ ਪੈਣਾ ਉਹ ਦੇਣਾ ਕਾਹਤੋਂ ਪੈਣਾ ਮੈਂ ਕਹਾ ਦੇ ਛੱਡੋ ਉਹ ਦਿਓਗੇ ਕਾਹਤੋਂ ਬਾਅਦ 'ਚ ਵੀ ਅਮਰੀਕਾ ਵਾਲਿਆਂ ਨੇ ਖੋ ਹੀ ਲੈਣਾ ਹੁਣ ਹੀ ਦੇ ਦਿਓ ਨੈਤ ਦਾ ਯੱਬ ਮੁੱਕੂ ਐਵੇਂ ਲੜਦੇ ਰਹਿੰਦੇ ਆ ਉਹ ਫੇਰ ਉਹ ਕਹਿੰਦੇ ਗੱਲੀ ਬਾਤੀ ਟਿਕਟ ਨੀ ਮਿਲਣੀ ਅੱਛਾ ਫੇਰ ਉਹ ਟੈਸਟ ਰੱਖਿਆ ਤੂੰ ਵੀ ਵੱਡਾ ਵੱਡਾ ਟੈਸਟ ਉਹ ਕੀ ਕਹਿੰਦਾ ਕਹਿੰਦੇ ਦੱਸੋ ਵੀ ਕਸ਼ਮੀਰ 'ਚ ਸ਼ਾਂਤੀ ਕਿਵੇਂ ਆਵੇ ਵੀ ਐਡਾ ਔਖਾ ਸਵਾਲ ਹੈ ਉਹ ਮੈਂ ਸੌਖਾ ਕਰਕੇ ਦੱਸਿਆ ਦੱਸਿਆ ਕਿਵੇਂ ਮੈਂ ਕਿਹਾ ਜੀ ਕਸ਼ਮੀਰ 'ਚ ਸ਼ਾਂਤੀ ਨੀ ਆਉਣੀ ਉਹ ਲਾ ਉਹ ਕਾਹਤੋਂ ਬਈ ਉਹ ਇੱਥੇ ਆ ਨਹੀਂ ਸਕਦੀ ਆ ਕਾਹਤੋਂ ਨਹੀਂ ਸਕਦੀ ਇੱਥੇ ਸ਼ਾਂਤੀ ਦਾ ਕੀ ਕੰਮ ਉਹ ਕਾਹਤੋਂ ਉਹ ਜਿਹਨੂੰ ਮਰੀ ਨੂੰ 70 ਸਾਲ ਹੋ ਗਏ ਸਾਡੇ ਬੁੜੇ ਕੋਲੇ ਜਾਊ ਇੱਥੇ ਕੀ ਲੈਣ ਆਊ ਸਾਡੀ ਬੇਬੇ ਦਾ ਨਾਂ ਸੀ ਉਹਦਾ ਇੱਥੇ ਕੋਈ ਕੰਮ ਨਹੀਂ ਉਹ ਸਵਰਗਾਂ 'ਚ ਰਹਿੰਦੀ ਅਗਲੀ ਨਹੀਂ ਆਰੇ ਲੈਂਦੀ ਉਹ ਫਿਰ ਮੈਂ ਟਿਕਟ ਨਹੀਂ ਲਈ ਹਲਾ ਉਹ ਕਿਉਂ ਬਈ ਉਹ ਮੇਰੇ ਲਾਗੇ ਕੰਨੀ ਹੱਥ ਉਹ ਕਾਹਤੋਂ ਉਹ ਬਾਪੂ ਜੀ ਮੈਂ ਮੋਦੀ ਤੋਂ ਸਿੱਖ ਗਿਆ ਮੋਦੀ ਤੋਂ ਕੀ ਸਿੱਖਿਆ ਉਹ ਮੈਂ ਸਿੱਖ ਲਿਆ ਮੋਦੀ ਤੋਂ ਉਹ ਸਿੱਖਿਆ ਕੀ ਆਪਾਂ ਟਿਕਟ ਲਈ ਹੋਈ ਨਹੀਂ ਲਈ ਕਾਹਤੋਂ ਮੈਂ ਮੋਦੀ ਸਿਖਾ ਗਿਆ ਉਹ ਸਿਖਾਇਆ ਕੀ ਛੜਾ ਬੰਦਾ ਜਿੰਨਾ ਮਰਜ਼ੀ ਚਲਾਕ ਹੋਵੇ ਆਹੋ ਜਨਾਨੀ ਨੂੰ ਨਹੀਂ ਹਰਾ ਸਕਦਾ ਆਹ ਬੰਗਾਲ 'ਚ ਤੁਸੀਂ ਦੇਖਿਆ ਹੀ ਆ ਸਹੀ ਗੱਲ ਆ
ਕਹਿੰਦਾ ਜਾ ਕੇ ਕਹਿੰਦਾ ਦੀਦੀ ਉਹ ਦੀਦੀ ਦੀਦੀ ਨੇ ਐਸੀ ਲੱਤ ਮਾਰੀ ਫੁੱਟਬਾਲ ਮੂੰਹ ਭੜਕਾਏ ਆ ਕੇ ਦਿੱਲੀ ਡਿੱਗੇ ਆ ਹੁਣ ਨੀ ਦੱਸਦੇ ਗੇ ਪੰਜਾਬ ਵਾਲਿਆਂ ਨੇ ਵੀ ਐਂ ਦੋਲਣੇ ਆ ਬੜੀ ਸਖਤੀ ਨਾਲ ਕੰਮ ਕਰ ਰਹੀ ਹੈ। ਹਲੋ ਕਿਵੇਂ ਬਈ? ਮੈਂ ਕਿਹਾ ਕੈਪਟਨ ਨੇ ਸਖਤੀ ਕਰਤੀ। ਉਹ ਕੀ ਕੀਤਾ? ਕੀ ਉਹਨੇ ਆਰਡਰ ਦਿੱਤੇ? ਆਰਡਰ ਦਿੱਤੇ ਕਹਿੰਦਾ ਦੁਕਾਨਾਂ ਬੰਦ। ਉਹ ਦੁਕਾਨਾਂ ਬੰਦ ਕਰ ਦਿਓ। ਸਾਰਾ ਕੁਝ ਬੰਦ। ਸਾਰਾ ਕੁਝ ਬੰਦ ਕਰਤਾ। ਜਿਮ ਬੰਦ। ਜਿਮ ਬੰਦ ਸਭ ਕੁਝ ਬੰਦ। ਖੁੱਲਾ ਕੀ ਆ? ਖੁੱਲੇ ਠੇਕੇ ਆ। ਹਲੋ ਕਾਤੋ ਬਈ? ਕਹਿੰਦਾ ਦਾਰੂ ਪੀ ਕੇ ਕਰੋਨਾ ਨਾਲ ਲੜਾਂਗੇ। ਸ਼ਰਾਬੀ ਬੰਦੇ ਮੂਹਰੇ ਕੌਣ ਖੜਦਾ? ਬਸ ਠੇਕੇ ਹੀ ਖੁੱਲੇ ਆ। ਆ ਹੋਰ ਸਖਤ ਦੇਸ਼ਾਂ ਦੇ ਤੇ। ਹਲੋ ਕਿਹੜੇ? ਮੈਂ ਕਿਹਾ ਸਖਤੀ ਇੰਨੀ ਕਰਤੀ। ਕੀਤਾ ਕੀ? ਮੈਂ ਕਿਹਾ ਇੰਨੀ ਸਖਤੀ ਥੱਲੇ ਪੁਲਿਸ ਭੂਥਰੀ ਫਿਰਦੀ ਆ। ਕੀ ਕੀਤਾ? ਬੌਂਦਲੇ ਫਿਰਦੇ ਆ। ਉਹ ਲੋਕ ਘਰਾਂ ਚ ਵਾੜਤੇ। ਲੋਕ ਘਰਾਂ ਚ ਵੜ ਗਏ ਤੇ ਪੁਲਿਸ ਵਾਲੇ ਸਬਜ਼ੀਆਂ ਚ ਲੱਤਾਂ ਮਾਰਦੇ ਫਿਰਦੇ। ਆ ਕੱਲ ਵਾਲੀ ਵੀਡੀਓ ਦੇਖ ਲਈ, ਐਵੇਂ ਐਸ ਐਚ ਓ ਨੇ ਖਿਲਾਰਤੇ। ਲੈ ਦੱਸ ਗਰੀਬ ਦੀ ਢਿੱਡ ਚ ਲੱਤ ਮਾਰਦਾ। ਲੈ ਦੇਖ ਲਾ ਵੀ ਜਦੋਂ ਲੋਕ ਸੜਕਾਂ ਤੇ ਨਿਕਲ ਆਏ। ਜਦੋਂ ਲੋਕ ਸੜਕਾਂ ਤੇ ਨਿਕਲ ਆਏ ਉਦੋਂ ਇਹਨਾਂ ਨੇ ਕੰਧਾਂ ਦਵਾਈਦੇ ਫਿਰਨਾ। ਤਾਰੀਕ ਨੂੰ ਲੋਕਾਂ ਨੇ ਨਿਕਲਣਾ ਹੈ, ਉਦੋਂ ਪਵਾ ਦਿਓ ਮਾਸਕ। ਇੱਥੋਂ ਹੀ ਸੁਨੇਹਾ ਗਿਆ ਹੈ, ਕਹਿੰਦੇ ਵੀ 8 ਤਰੀਕ ਨੂੰ ਨਿਕਲੋ, ਲੋਕਡਾਊਨ ਖੋਲੋ। ਚਾਬੀ ਇਹਨਾਂ ਦੇ ਹੱਥ ਲੱਗ ਗਈ ਆ। ਕੱਲ ਕੀਤਾ ਐਲਾਨ, ਕਹਿੰਦੇ ਅਸੀਂ ਖੋਲਾਂਗੇ ਲੋਕਡਾਊਨ। ਸਹੀ ਗੱਲ ਆ। ਲੈ ਮਰਾਤੀਆ ਓ ਲਾੜਤੀਆ, ਹੋਰ ਗੱਲ ਸੁਣਾ ਦੇ। ਹੋਰ ਸੁਣ ਲੈ, ਉਹ ਕਹਿੰਦੇ ਪੰਜਾਬ ਚ ਪੀਣ ਵਾਲਾ ਪਾਣੀ ਮੁੱਕਦਾ ਜਾਂਦਾ। ਆਹੋ ਵੀ ਕਹਿੰਦੇ ਪੀਣ ਵਾਲਾ ਪਾਣੀ ਮੁੱਕਦਾ ਜਾਂਦਾ, ਪਾਣੀ ਡੂੰਘਾ ਹੋ ਗਿਆ, ਪਾਣੀ ਖਤਮ ਹੋਣ ਦੇ ਕਿਨਾਰੇ ਆ। ਓਏ ਅਸੀਂ ਪਾਣੀ ਬਚਾ ਲੈਣਾ। ਹਲੋ ਕਿਵੇਂ ਬਈ? ਉਹ ਸਾਡੇ ਦਾਦੇ ਪੁਰਖੇ ਰਹੇ ਆ ਵੱਡੇ ਵਿਗਿਆਨੀ। ਉਹ ਤੁਹਾਡੇ ਦਾਦੇ ਪੁਰਖੇ ਵਿਗਿਆਨੀ ਸੀ। ਓਏ ਅਸੀਂ ਪਾਣੀ ਬਚਾ ਲੈਣਾ। ਉਹ ਬਚਾ ਕਿਵੇਂ ਆ? ਸਾਡੇ ਕੋਲੇ ਸਕੀਮ ਆ। ਉਹ ਕਿਹੜੀ ਆ? ਦਾਰੂ ਸੁੱਕੀ ਪੀਆ ਕਰੋ, ਪਾਣੀ ਪਾਓ ਹੀ ਨਾ, ਆਪੇ ਬਚੀ ਜਾਣਾ ਵਾ। ਸਾਰਾ ਕੁਝ ਤਾਂ ਸਰਕਾਰ ਨੇ ਬੰਦ ਕਰਤਾ, ਠੇਕੇ ਹੀ ਖੁੱਲੇ ਆ, ਹੋਰ ਤੁਸੀਂ ਕੀ ਪੀਣਾ ਵਾ? ਗੱਲਾਂ ਮਾਰਦੇ ਆ। ਸੋਫੀ ਬੰਦਾ ਤਾਂ ਨੀ ਮਾਰਦਾ, ਪੀਤੀ ਚ ਵੱਜੀ ਆ। ਦਿਨ ਵੇਲੇ ਹੋਰ ਬਿਆਨ ਦਿੰਦਾ ਵਾ, ਸ਼ਾਮ ਨੂੰ ਬਿਆਨ ਬਦਲ ਜਾਂਦੇ ਆ, ਲੱਗਦਾ ਪੀਤੀ ਲੱਥ ਜਾਂਦੀ ਆ, ਤਾਂ ਉਹ ਨਿਤ ਬਿਆਨ ਬਦਲਦਾ। ਕਦੇ ਕਹਿ ਦਿੰਦਾ ਲੋਕਡਾਊਨ ਆ, ਕਦੇ ਕਹਿ ਦਿੰਦਾ ਹਫ਼ਤੇ ਬਾਅਦ ਸੋਚਾਂਗੇ। ਆ ਲੋਕ ਹੁਣ ਸੜਕਾਂ ਦੇ ਨਿਕਲ ਆਏ, ਇਹਨਾਂ ਨੂੰ ਸੋਚੀ ਪਾਤਾ ਏ। ਬਿਆਨ ਤੇ ਬਿਆਨ ਆਈ ਜਾਂਦੇ ਆ। ਹੁਣ ਕਿਹਦਾ ਬਿਆਨ ਆਇਆ? ਉਹ ਇੱਕ ਕਾਣੇ ਜੇ ਬਾਬੇ ਦਾ ਬਿਆਨ ਆਇਆ, ਰਾਮਦੇਵ ਦਾ। ਆਹੋ, ਇਹ ਰਾਮਦੇਵ ਕੀ ਕਹਿ ਗਿਆ? ਉਹ ਕਹਿੰਦਾ ਵੀ ਧਰਨੇ ਮੁਜ਼ਾਰੇ ਲਾਉਣ ਨਾਲ ਦੇਸ਼ ਦੀ ਇੱਜ਼ਤ ਘਟਦੀ ਹੈ। ਲਓ ਜੀ ਕਰ ਲਓ ਗੱਲ। ਰਾਮਦੇਵ ਕਹਿੰਦਾ ਧਰਨੇ ਲਾਉਣ ਨਾਲ ਦੇਸ਼ ਦੀ ਇੱਜ਼ਤ ਘਟਦੀ ਆ। ਤੇ ਰਾਮਦੇਵ ਨੂੰ ਕੋਈ ਪੁੱਛਣ ਵਾਲਾ ਹੋਵੇ? ਕੀ ਪੁੱਛਣ ਵਾਲਾ ਹੋਵੇ? ਵੀ ਸਲਵਾਰ ਪਾ ਕੇ ਭੱਜਣ ਨਾ ਜ਼ਿਆਦੇ ਵੱਧਦੀ, ਤੂੰ ਇੱਜ਼ਤ ਵਧਾਈ ਆ। ਪਤੰਦਰਾ ਮੈਰਾਥਨ ਭੱਜਿਆ, ਤੂੰ ਮੈਡਲ ਜਿੱਤੇ ਆ। ਹੋਰ ਬਿਆਨ ਆਇਆ ਜੀ। ਹੋਰ ਕਿਹਦਾ? ਓਏ ਆ ਜਿਹੜਾ ਝਾੜੂ ਚੱਕੀ ਫਿਰਦਾ ਬੰਦਾ ਕੇਜਰੀਵਾਲ, ਆਹਾ, ਇਹਦਾ ਕੀ ਬਿਆਨ ਆਇਆ? ਓਏ ਕਹਿੰਦਾ ਵੀ ਆ ਜਿਹੜੇ ਆਪਣਾ ਬਿਨਾ ਕਰੋਨਾ ਦੀ ਰਿਪੋਰਟ ਤੋਂ ਵੇਲ ਜੀ ਵੇਲ ਸਰਦਾਰ ਸਾਹਿਬ ਦੇ ਰੁਪਈਆਂ ਦੀ ਵੇਲ ਕੇਜਰੀਵਾਲ ਨੂੰ ਪੁੱਛੇ ਵੀ ਆ ਜਿਹੜੇ 25 ਨਵੰਬਰ ਨੂੰ ਆਏ ਤੇ ਇਥੋਂ ਪੁੱਛ ਕੇ ਆਏ, ਮਰਜ਼ੀ ਨਾਲ ਹੀ ਆਏ ਆ। ਜਦ ਇਹਨਾਂ ਦਾ ਜੀ ਕੀਤਾ ਇਹਨਾਂ ਨੇ ਦਿੱਲੀ ਚ ਆ ਜਾਣਾ, ਫਿਰ ਕਰ ਲਈ ਰਿਪੋਰਟਾਂ। 8 ਮਾਰਚ ਨੂੰ ਨਿਕਲਣਗੇ, ਕੈਪਟਨ ਨੂੰ ਵੀ ਕਹਿ ਦਿੰਨੇ ਆ ਵੀ ਉਦਣ ਤੂੰ ਵੀ ਕਰ ਲਈ ਰਿਪੋਰਟਾਂ, ਉਦਣ ਲੋਕਡਾਊਨ ਖੋਲਣਗੇ। ਲੈ ਮਰਾਥੀਆ ਬਿਆਨ ਆ ਗਏ। ਬਿਆਨ ਤੇ ਬਿਆਨ ਆਇਆ, ਹੁਣ ਕਾਹਦਾ ਆ ਗਿਆ? ਓਏ ਹੁਣ ਕਿਸਾਨਾਂ ਨੇ ਬਿਆਨ ਦਿੱਤਾ। ਹਲੋ ਕਿਹੜਾ ਬਈ? ਕਹਿੰਦੇ ਵੀ 8 ਤਰੀਕ ਨੂੰ ਲੋਕਡਾਊਨ ਖੋਲਣਾ। ਆਹੋ, ਸਾਰੇ ਦੁਕਾਨਦਾਰਾਂ ਨੂੰ ਕਹਿਤਾ ਵੀ ਬਾਹਰ ਨਿਕਲੋ ਤੇ ਵਿਰੋਧ ਕਰੋ। ਹਲਾ ਫੇਰ ਆਇਆ ਤਾਂ ਲੋਕ ਭੁੱਖੇ ਮਰ ਜਾਣਗੇ। ਸਹੀ ਗੱਲ ਆ। ਆਹੋ, ਲੈ ਇਹਨਾਂ ਦੇ ਬੜੇ ਬਿਆਨ ਆਏ ਆ। ਬੜੇ ਬਿਆਨ ਆਏ ਆ 20 ਮਾਰਚ ਨੂੰ ਇਹਨਾਂ ਨੇ ਭਾਰਤ ਬੰਦ ਕੀਤਾ। ਆਹੋ, ਕਹਿੰਦੇ ਵੀ ਭਾਰਤ ਬੰਦ ਕੀਤਾ। ਉਹ ਇਹ ਬੰਦ ਕਰ ਸਕਦੇ ਆ। ਹਲੋ ਕਿਵੇਂ ਬਈ? ਮੈਂ ਕਿਹਾ ਕਿਸਾਨਾਂ ਦੇ ਹੱਥ ਵਾਸਤਾ ਸਾਰਾ ਕੁਝ। ਆਹੋ, ਇਹ ਬੰਦ ਕਰ ਸਕਦੇ ਆ। ਕਰਦੇ ਕਿਵੇਂ ਆ? ਇਹਨਾਂ ਨੇ ਤਾਂ ਸਿਕੰਦਰ ਦੀਆਂ ਨਾਸਾਂ ਬੰਦ ਕਰਤੀਆਂ।
ਭਾਰਤ ਤਾਂ ਫੇਰ ਆਪਦਾ, ਜਦੋਂ ਮਰਜ਼ੀ ਬੰਦ ਕਰ ਦਿਓ, ਸਵੇਰੇ ਬੰਦ ਕਰਦੇ ਆ, ਸ਼ਾਮ ਨੂੰ ਖੋਲ ਵੀ ਦਿੰਦੇ ਆ, ਚਾਬੀ ਇਹਨਾਂ ਕੋਲ ਹੀ ਆ। ਹੁਣ ਲੋਕਡਾਊਨ ਖੋਲਣਾ ਹੈ, ਚਾਬੀ ਲੱਗ ਗਈ ਇਹਨਾਂ ਦੇ ਹੱਥ, 8 ਤਰੀਕ ਨੂੰ ਖੋਲਣਗੇ। ਉਹ ਮਰਾਸੀਆਂ ਮਾਰਨਾ ਬੰਦ ਕਰ ਦੇ, ਹੁਣ ਕੀ ਹੋਇਆ, ਉਹ ਬਾਈ ਤੋਂ ਵੇਲ ਫਾੜ ਹੈ, ਕਿੱਥੇ ਮੈਨੂੰ ਦਿਖੀ ਨੀ। ਮੁੜਾ ਉਹਨੇ ਤਾਂ ਮੋਬਾਈਲ ਕੱਢਿਆ ਏ, ਲੱਗਦਾ ਲਾਈਵ ਕਰੂਗਾ ਬਾਈ, ਸਾਨੂੰ ਵੀ ਮੈਂਸ਼ਨ ਕਰਦੀ ਸਿਆਸੀ ਭੰਡ, ਅਸੀਂ ਵੀ ਦੇਖ ਲਾਂਗੇ ਵੀਡੀਓ ਆਪਦੀ। ਓਏ ਆਪਾਂ ਨੂੰ ਵੇਲਾ ਨੀ ਮਿਲਦੀਆਂ, ਲਾੜਤੀਆਂ ਵੇਲਾ ਆਏ ਨੀ ਜੇ ਮਿਲਦੀਆਂ, ਹੋਰ ਕਿਵੇਂ, ਓਏ ਇਹਨਾਂ ਨੂੰ ਕੁਛ ਸੁਣਾਉਣਾ ਪੈਂਦਾ, ਆ ਸੁਣਾ ਦੇ, ਲੈ ਸੁਣ ਲੈ ਫਿਰ। ਆਹੋ, ਓਏ ਛਾਲਾ ਮੈਂਡਾ ਜੀ ਢੋਲਾ ਬਾਰਡਰ ਤੇ ਮੰਜਾਈ, ਆਹਾ ਛਾਲਾ ਜੀ ਢੋਲਾ ਸਿੰਘੂ ਤੇ ਮੰਜਾਈ, ਛਾਲਾ ਮੈਂਡਾ ਜੀ ਢੋਲਾ ਬਾਰਡਰ ਤੇ ਮੰਜਾਈ, ਉਹ ਵੀ ਬਰਾਬਰ ਠੋਕਣਾ ਜਿਹੜਾ ਮੋਦੀ ਨਾਲ ਗੰਜਾਈ, ਪਤਾ ਹੀ ਕਿਹੜਾ ਏ ਅਮਿਤ ਸ਼ਾਹ ਬਦਾਲੀ, ਉਹ ਵੀ ਬਰਾਬਰ ਹੀ ਰੱਖਣਾ, ਸਾਰੀ ਚੌਕੀ ਉਹਦੀ ਆ। ਲਾੜਦੀ ਆ, ਮੈਂ ਤੈਨੂੰ ਦੱਸਾਂ, ਆਪਾਂ ਨੂੰ ਵੇਲਾ ਨਹੀਂ ਜੇ ਮਿਲਣੀਆਂ, ਆਪਣਾ ਕਿੱਤਾ ਖਤਮ ਹੋ ਜਾਣਾ। ਲੈ ਵੀ ਸਾਡਾ ਮਰਾਸੀਆਂ ਦਾ ਕਿੱਤਾ ਖਤਮ ਹੋ ਜਾਣਾ ਹੈ, ਓਏ ਆਪਾਂ ਕਿੱਤਾ ਹੀ ਬਦਲ ਲੈਣਾ। ਹਲਾ ਆਪਾਂ ਕੀ ਕਰਾਂਗੇ, ਓਏ ਆਪਾਂ ਕੰਮ ਬਦਲ ਲੈਣਾ, ਕੰਮ ਕਰਾਂਗੇ, ਦੁਕਾਨ ਖੋਲਾਂਗੇ, ਕਿੱਥੇ ਰਿਓੜੀਆਂ ਪਕੌੜੀਆਂ ਚ ਤੁਰਿਆ ਫਿਰਦਾ, ਵੱਡੇ ਕੰਮ ਕਰਾਂਗੇ, ਵੱਡੇ ਕੰਮ ਕਰਾਂਗੇ, ਸਾਈਲਰ ਖੋਲੇਗਾ, ਓਏ ਕਿੱਥੇ ਮਿੱਟੀ ਘੱਟ ਚ ਤੁਰਿਆ ਫਿਰਦਾ, ਕੰਮ ਵੱਡੇ ਕਰਾਂਗੇ। ਮੈਂ ਕਿਹਾ ਮੰਤਰੀ ਬਣਾਂਗੇ, ਮੰਤਰੀ ਸੰਤਰੀ ਜੇ ਚ ਰੱਖਣੇ ਆ, ਵੱਡੇ ਕੰਮ ਕਰਾਂਗੇ। ਕਰਾਂਗੇ ਕੀ, ਆਪਾਂ ਬਾਬੇ ਬਣਾਂਗੇ, ਨਾਲੇ ਬੀਬੀਆਂ ਆਉਣਗੀਆਂ, ਨਾਲੇ ਭਜਨ ਬੰਦਗੀ ਹੋਜੂ, ਨਾਮ ਸ਼ਬਦ ਦਿਆਂਗੇ, ਇੱਕ ਗੁਫਾ ਬਣਾਵਾਂਗੇ, ਭਜਨ ਬੰਦਗੀ ਹੋਜੂਗੀ। ਉਹ ਵੇਲਾ ਹੋਇਆ ਜਾਣ ਦਾ, ਵੇਲਾ ਜਾਣ ਦਾ ਹੋਇਆ ਜੀ, ਆ ਕੋਈ ਸੁਣਾ ਦੇ, ਲੈ ਸੁਣ ਲੈ ਫਿਰ, ਸੁਣਾ ਦੇ। ਓਏ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਓਏ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਪੰਜਾਬ ਦਾ ਕੋਈ ਅਗਲਾ ਵਰਕਾ ਫੋਲ, ਆਹਾ ਅੱਜ ਪੰਜਾਬੇ ਕਿਤਾਬ ਦਾ ਕੋਈ ਅਗਲਾ ਵਰਕਾ ਫੋਲ, ਜਿੱਥੇ ਅਸਲੀ ਜ਼ਹਿਰਾਂ ਮਿਲਦੀਆਂ ਤੇ ਨਕਲੀ ਦੁੱਧ ਪਨੀਰ, ਆਹਾ ਉਹ ਜਿੱਥੇ ਅਸਲੀ ਜ਼ਹਿਰਾਂ ਮਿਲਦੀਆਂ ਤੇ ਨਕਲੀ ਦੁੱਧ ਪਨੀਰ, ਜਿੱਥੇ ਨਸ਼ਿਆਂ ਘਰ ਬਾਰ ਖਾ ਲਿਆ ਤੇ ਨਾਲੇ ਕੁੱਲ ਸਰੀਰ, ਉਹ ਜਿੱਥੇ ਗੈਸਾਂ 900 ਟੱਪੀਆਂ ਤੇ ਤੇਲ ਵੀ ਬਸੋਂ ਬਾਹਰ, ਮੁੜ ਫੇਰ ਨੇ ਵੋਟਾਂ ਆਉਣੀਆਂ ਬੰਦਿਆ, ਕੁਝ ਤੇ ਸੋਚ ਵਿਚਾਰ ਬੰਦਿਆ, ਕੁਝ ਤੇ ਸੋਚ ਵਿਚਾਰ, ਮਹਾਰਾਜ ਰਾਜ ਰੱਖੇ, ਚੜ੍ਹਦੀ ਕਲਾ ਹੋਵੇ ਜੀ। ਸੋ ਇਸ ਵੀਡੀਓ ਤੋਂ ਬਾਅਦ ਹੁਣ ਤੁਹਾਨੂੰ ਲੈ ਚੱਲਦੇ ਹਾਂ ਦੀਪ ਸਿੱਧੂ ਬਾਰੇ ਸਾਹਮਣੇ ਆਈ ਇੱਕ ਖਾਸ ਖਬਰ ਵੱਲ, ਅਤੇ ਸਾਂਝੀ ਕਰਦੇ ਹਾਂ ਦੀਪ ਸਿੱਧੂ ਦੀ ਇੱਕ ਖਾਸ ਲਾਈਵ ਵੀਡੀਓ। ਦੋਸਤੋ, ਜਿਵੇਂ ਕਿ ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਨੇ ਕਿ ਦੀਪ ਸਿੱਧੂ ਦਾ ਕਿਸਾਨੀ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ, ਕਿਸਾਨੀ ਸੰਘਰਸ਼ ਕਰਕੇ ਦੀਪ ਸਿੱਧੂ ਆਪਣਾ ਕਰੀਅਰ ਅਤੇ ਮੁੰਬਈ ਦੇ ਵਿੱਚ ਆਪਣਾ ਘਰ ਛੱਡ ਕੇ ਕਿਸਾਨੀ ਸੰਘਰਸ਼ ਦੇ ਵਿੱਚ ਪੰਜਾਬ ਅਤੇ ਫਿਰ ਦਿੱਲੀ ਦੇ ਬਾਰਡਰਾਂ 'ਤੇ ਡਟੇ ਰਹੇ। ਪਰ ਦੋਸਤੋ, ਉੱਥੇ ਹੀ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਤੋਂ ਬਾਅਦ ਜਿੱਥੇ ਪਹਿਲਾਂ ਉਹਨਾਂ ਨੂੰ ਵੱਡੀਆਂ ਮੁਸੀਬਤਾਂ ਦਿੱਲੀ ਦੇ ਵਿੱਚ ਸਾਹਮਣੇ ਆਈਆਂ, ਜਿੱਥੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ 75 ਤੋਂ ਵੱਧ ਦੇ ਰਹਿਣਾ ਪਿਆ, ਉੱਥੇ ਹੀ ਜਿੱਥੇ ਕੁਝ ਲੋਕਾਂ ਨੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਗਦਾਰ ਤੱਕ ਕਿਹਾ ਅਤੇ ਕਾਫੀ ਮੰਦਾ ਚੰਗਾ ਬੋਲਿਆ, ਪਰ ਫਿਰ ਵੀ ਦੀਪ ਸਿੱਧੂ ਦੇ ਬੋਲ ਸਨ ਕਿ ਉਹਨਾਂ ਨੇ ਇਹਨਾਂ ਸਭ ਲੋਕਾਂ ਨੂੰ ਮਾਫ਼ ਕਰ ਦਿੱਤਾ। ਪਰ ਹਾਲੇ ਵੀ ਦੀਪ ਸਿੱਧੂ ਦਾ ਮੁਸੀਬਤਾਂ ਪਿੱਛਾ ਨਹੀਂ ਛੱਡ ਰਹੀਆਂ, ਕਿਉਂਕਿ ਜਦੋਂ ਆਪਣੇ ਘਰ ਮੁੰਬਈ ਦੇ ਵਿੱਚ 2-3 ਦਿਨ ਦੇ ਲਈ ਫੇਰੀ ਪਾਉਣ ਦੇ ਲਈ ਦੀਪ ਸਿੱਧੂ ਮੁੰਬਈ ਪਹੁੰਚੇ ਤਾਂ ਉੱਥੇ ਜਾ ਕੇ ਵੀ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਉਹਨਾਂ ਨੇ ਆਪਣੀ ਲਾਈਵ ਵੀਡੀਓ ਦੇ ਵਿੱਚ ਵੀ ਦੱਸਿਆ, ਕਿਉਂਕਿ ਉੱਥੇ ਉਹਨਾਂ ਨੂੰ ਜਦੋਂ ਕੁਝ ਮੁਸ਼ਕਲਾਂ ਆਈਆਂ ਤਾਂ ਉਹਨਾਂ ਨੇ ਆਪਣੇ ਜਿੰਨਾ ਵੀ ਕਰੀਬੀਆਂ ਨੂੰ ਜਿੰਨਾ ਵੀ ਦੋਸਤਾਂ ਨੂੰ ਫੋਨ ਕਰਨਾ ਚਾਹਿਆ ਤਾਂ ਦੀਪ ਸਿੱਧੂ ਦੀ ਆਵਾਜ਼ ਸੁਣ ਕੇ ਹੀ ਹਰ ਇੱਕ ਨੇ ਫੋਨ ਕੱਟ ਦਿੱਤਾ। ਅਤੇ ਤੁਸੀਂ ਇਮੈਜਿਨ ਕਰਕੇ ਦੇਖ ਸਕਦੇ ਹੋ ਕਿ ਜੇਕਰ ਇਸ ਤਰ੍ਹਾਂ ਦੀ ਮੁਸੀਬਤ ਤੁਹਾਡੇ ਸਾਹਮਣੇ ਜਾਂ ਕਿਸੇ ਦੇ ਵੀ ਸਾਹਮਣੇ ਆਵੇ ਤਾਂ ਉਸ 'ਤੇ ਕੀ ਬੀਤਦੀ ਹੋਵੇਗੀ। ਪਰ ਫਿਰ ਵੀ ਦੀਪ ਸਿੱਧੂ ਕਿਸਾਨੀ ਸੰਘਰਸ਼ ਦੇ ਵਿੱਚ ਉਸੇ ਤਰ੍ਹਾਂ ਹੀ ਡਟੇ ਹੋਏ ਨੇ। ਸੋ ਤੁਸੀਂ ਝਲਕ ਮਾਰੋ ਦੀਪ ਸਿੱਧੂ ਦੀ ਇਸ ਲਾਈਵ ਵੀਡੀਓ 'ਤੇ। ਬਾਕੀ ਦੀਪ ਸਿੱਧੂ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਗੱਲ ਬੜੀ ਜ਼ਰੂਰੀ ਆ, ਮਾਹੌਲ ਨੂੰ ਸਹਿਜ ਬਣਾਈਏ, ਇੱਕ ਦੂਜੇ ਦੇ ਅਗੇਂਸਟ ਅਸੀਂ ਕੋਈ ਹੁਣ ਬਿਆਨਬਾਜ਼ੀ ਜਾਂ ਭਾਸ਼ਾ 'ਚ ਜਿਹੜਾ ਤਰੀਕਾ ਸਲੀਕਾ ਅਸੀਂ ਭੁੱਲ ਜਾਂਦੇ ਹਾਂ ਉਹ ਨਾ ਕਰੀਏ। ਕਿਸਾਨ ਜਿਹੜੇ ਸਾਡੇ ਆਗੂ ਆ ਉਹ ਪ੍ਰੋਗਰਾਮ ਦੇਣ, ਉਹ ਪ੍ਰੋਗਰਾਮ 'ਤੇ ਡਟ ਕੇ ਪਹਿਰਾ ਦੇਣ, ਆਪਦੀ ਜ਼ਿੰਮੇਵਾਰੀ ਨੂੰ ਸਮਝਣ। ਅਸੀਂ ਉਹਨਾਂ ਦੇ ਨਾਲ ਹਾਂ, ਉਹਨਾਂ ਦੇ ਸੋਲਜਰ ਹਾਂ। 2-3 ਦਿਨ ਮੈਂ ਪੰਜਾਬ ਤੋਂ ਇੱਥੇ ਮੁੰਬਈ ਆ ਗਿਆ ਸੀ, ਕਿਉਂਕਿ ਲੰਮਾ ਸਮਾਂ ਸਭ ਕੁਛ ਬੰਦ ਪਿਆ ਸੀ, ਘਰ ਵੀ ਬੰਦ ਪਿਆ, ਮੇਰੀ ਕਾਰ ਵੀ ਨਹੀਂ ਸਟਾਰਟ ਹੋ ਰਹੀ ਸੀ, ਹਾਲਾਂਕਿ ਇੱਕ ਹੋ ਗਈ, ਦੂਜੀ ਤਾਂ ਜਮ੍ਹਾਂ ਹੀ ਨਹੀਂ ਹੋ ਰਹੀ ਸੀ।
ਫਿਰ ਆਲਮ ਇਹ ਆ ਵੀ ਇੱਥੇ ਜਿਹਨੂੰ ਵੀ ਫੋਨ ਕਰਦਾ ਉਹ ਹੈਲੋ ਸੁਣ ਕੇ ਜਾਂ ਮੇਰੀ ਆਵਾਜ਼ ਪਛਾਣ ਕੇ ਹੀ ਕੱਟ ਦਿੰਦਾ। ਕਿੱਡਾ ਵੱਡਾ ਤੇ ਸਟਰੋਂਗ ਨੈਰੇਟਿਵ ਚਲਾਇਆ ਗਿਆ ਜਿਹੜਾ ਮੇਰੇ ਖਿਲਾਫ ਇਹਨਾਂ ਨੇ ਚਲਾਇਆ। ਪਰ ਕੋਈ ਨੀ, ਇਹਨਾਂ ਸਾਰੀਆਂ ਗੱਲਾਂ ਨਾਲ ਜੂਝਿਆ ਜਾਊਗਾ ਜਦੋਂ ਤੱਕ ਤੁਸੀਂ ਬੈਠੇ ਹੋ, ਤੁਹਾਡਾ ਪਿਆਰ ਆ, ਤੁਹਾਡੀਆਂ ਅਰਦਾਸਾਂ, ਉਦੋਂ ਤੱਕ ਮੈਂ ਹੌਸਲੇ 'ਚ ਹਾਂ ਅਤੇ ਹਮੇਸ਼ਾ ਹੀ ਹੌਸਲੇ 'ਚ ਰਹਾਂਗੇ। ਸਾਡੀ ਜਿਹੜੀ ਇੱਕ ਰਵਾਇਤ ਆ ਜਾਂ ਪਿਰਤਾਂ ਜਿਹੜੀਆਂ ਗੁਰੂ ਸਾਹਿਬਾਂ ਨੇ ਪਾਈਆਂ ਹੋਈਆਂ, ਉਹਨਾਂ ਨੂੰ ਅਸੀਂ ਆਪਦੇ ਅੰਦਰ ਜਿਉਂਦੇ ਰੱਖੀਏ। ਉਸ ਗੱਲ ਨੂੰ, ਉਸ ਉਹਨਾਂ ਫਲਸਫਿਆਂ ਨੂੰ ਅਸੀਂ ਕਦੇ ਨਾ ਭੁੱਲੀਏ। ਗੁਰੂ ਸਾਹਿਬ ਦੀ ਯਾਦ ਆਪਦੇ ਅੰਦਰ ਜਿਉਂਦੇ ਰੱਖੀਏ, ਕਿਉਂਕਿ ਉਹੀ ਸਾਨੂੰ ਤਾਕਤ ਦਿੰਦੀ ਆ, ਉਹੀ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ। ਤੇ ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਕਰਨੀਆਂ। ਸੋ ਦੋਸਤ, ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਦੇ ਹਾਂ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਨੇ ਸਮੇਂ ਤੱਕ ਲਈ ਬਣੇ ਰਹੋ ਲਿਮਿਟਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਅਪਡੇਟਸ, ਕਿਸਾਨੀ ਸੰਘਰਸ਼ ਦੀਆਂ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲ ਲਿਮਿਟਡ ਗਿਆਨ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਬੈਲ 'ਤੇ ਕਲਿੱਕ ਕਰਕੇ ਆਲ 'ਤੇ ਜ਼ਰੂਰ ਸਲੈਕਟ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤ, ਹੁਣ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ। ਥੈਂਕ